देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। जलंधर कैंट की पुलिस ने दो व्यक्तियों नशीले पदार्थ के नाल गिरफ्तार किया गया है, जिदे विच ये दस्या गया है एक जिहड़ा इहदे विचों व्यक्ति हैगा सरबजीत सिंह वो पी ए पी 47 बटालीयन का मुलाजम है ते दूजा इंडियन आर्मी का स्टूडेंट है। कुछ मुलाजम इदां दे भी हुंदे आ जिहड़े खाखी नूं दाग दाग करन दे विच कोई कसर नहीं छड्डदे। साडे नाल इस टाइम मौजूद है थाना कैंट के प्रभारी उन्होंने अजैब सिंह जी, उन्होंने गलबात कर लिया। सर, कौन है व्यक्ति, की बरामदी हुई है, किदां गिरफ्तारी हुई? एक मुंडा साहिल मुहम्मद है जो केरला का रहने वाला है। ये श्रीनगर तो आया, उत्थों ये कहिंदा मैं पंज पुड़ियां ये गांजे दियां लै के आया, जिहड़ियां ने दो तां रस्ते च पी लईआं ते बाकी इहदे कोल तीन पीस होर वजदे सीगे। जिहड़े ने पी ए पी दे विच कॉन्सटेबल सरबजीत सिंह गया ये ते एक पुड़ी इहनूं दित्ती, इहने भी पी लई ते दो पुड़ियां इहनां दोनों को एक एक असीं हासिल कीतीआं जी। ये जिहड़ा साहिल मुहम्मद है ना, ये ड्रग्स दा सप्लायर है। इत्थों असीं दूसरा एक कोहिनूर एक लड़का सीगा, ਉਹਦਾ ਇੱਕ ਮੋਬਾਈਲ ਅਤੇ ਪਰਸ ਵੀ ਇਹਨਾਂ ਨੇ ਚੋਰੀ ਕੀਤਾ ਸੀ ਅਤੇ ਚੋਰੀ ਕਰਕੇ ਭੱਜਣ ਲੱਗੇ, ਜਿਹੜੇ ਪਬਲਿਕ ਨੇ ਫੜ ਲਿਆ ਉਹ ਅਤੇ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਅਸੀਂ ਨਾਲ ਆਪਣੀ ਟੀਮ ਨੂੰ ਭੇਜ ਕੇ ਇਹਨਾਂ ਨੂੰ ਰਿਕਵਰ ਕਰਕੇ ਅਤੇ ਇਹਨਾਂ 'ਤੇ 2765 ਦਾ ਔਰ 3782 ਅਤੇ 34 IPC ਦਾ ਚੋਰੀ ਦਾ ਅਸੀਂ ਪਰਚਾ ਦਿੱਤਾ ਜੀ। ਜੇ ਗੱਲ ਕਰੀਏ ਸਾਹਿਲ ਦੀ, ਸਾਹਿਲ ਕੀ ਕਰਦਾ, ਇਹ ਵੀ ਦੱਸਿਆ ਜਾ ਰਿਹਾ ਕਿ ਸਾਹਿਲ ਇੰਡੀਅਨ ਆਰਮੀ ਦਾ ਸਟੂਡੈਂਟ ਹੈ। ਇਹ ਕਹਿੰਦਾ ਕਿ ਮੈਂ ਇੰਡੀਅਨ ਆਰਮੀ ਦਾ BTECH ਦਾ ਸਟੂਡੈਂਟ ਹੈ, ਮੈਂ ਸ਼੍ਰੀਨਗਰ ਟ੍ਰੇਨਿੰਗ ਕਰਦਾ ਹਾਂ, ਪਰ ਉੱਥੋਂ ਇਹਦੇ ਕੋਲ ਕੋਈ ਵੀ ਸਾਡੇ ਕੋਲ ਕੋਈ ਇਹਦਾ ਆਈ ਕਾਰਡ ਜਾਂ ਕੁਝ ਬਰਾਮਦ ਨਹੀਂ ਹੋਇਆ ਅਤੇ ਇਹਦੇ ਬਾਰੇ ਕਨਫਰਮ ਨਹੀਂ ਹੋਇਆ ਪੂਰਾ ਜੀ। ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ, ਜਦੋਂ ਪੁਲਿਸ ਮੌਕੇ 'ਤੇ ਗਈ ਸੀ ਅਤੇ ਤੁਹਾਡਾ ਜਿਹੜਾ ਸਰਬਜੀਤ ਸਿੰਘ ਹੈ, ਕਿਸ ਹਾਲਾਤ ਦੇ ਵਿੱਚ ਸਰਬਜੀਤ ਸਿੰਘ ਦੇ ਕੋਲੋਂ ਕੀ ਬਰਾਮਦੀ ਹੋਈ ਹੈ? ਇਹ ਸਰਬਜੀਤ ਉਸ ਵੇਲੇ ਥੋੜ੍ਹਾ ਨਸ਼ੇ ਵਿੱਚ ਸੀਗਾ ਅਤੇ ਇਹਦੇ ਕੋਲੋਂ ਜਿਹੜੀ ਪੁੜੀ ਆ ਗਾਂਜੇ ਦੀ ਇੱਕ, ਉਹ ਵੀ ਸਾਨੂੰ ਮਿਲੀ ਆ ਅਤੇ ਉਸ ਤੋਂ ਬਾਅਦ ਜੋ ਮੋਬਾਈਲ ਅਤੇ ਪਰਸ ਆ ਉਹ ਵੀ ਦੂਸਰੇ ਕੋਲ ਲੜਕੇ ਕੋਲੋਂ ਮਿਲਿਆ, ਉਹਦੇ ਕੋਲ ਵੀ ਇੱਕ ਪੁੜੀ ਗਾਂਜੇ ਦੀ ਮਿਲੀ ਆ। ਜਿੱਦਾਂ ਤੁਸੀਂ ਦੱਸਿਆ ਸਰਬਜੀਤ ਸਿੰਘ PAP ਦਾ 27 ਬਟਾਲੀਅਨ ਦਾ ਮੁਲਾਜ਼ਮ ਹੈਗਾ, ਇਹ 27 ਬਟਾਲੀਅਨ ਦਾ ਬਟਾਲੀਅਨ ਹੈ, ਮੌਕੇ 'ਤੇ ਕਿੱਦਾਂ ਪਹੁੰਚ ਗਿਆ ਜਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ? ਇਹ ਕੱਲ੍ਹ ਜਦੋਂ 12:30 ਵਜੇ ਇਹ ਸਾਹਿਲ ਮੁਹੰਮਦ ਕਿਤੇ ਟ੍ਰੇਨ 'ਤੇ ਉਤਰਿਆ ਨਾ, ਅਤੇ ਉੱਥੋਂ ਇਹਨਾਂ ਦੀ ਆਪਸ ਵਿੱਚ ਦੋਸਤੀ ਹੋਈ ਸੀ, ਉੱਥੋਂ ਇਹਨੇ ਉਹਦੇ ਕੋਲ ਸਮਾਨ ਸੀ, ਇਹਨੇ ਉਹਨੂੰ ਦੱਸਿਆ ਅਤੇ ਉਹ ਇਹਨੇ ਲੈ ਕੇ ਕੱਲ੍ਹ ਵੀ ਸ਼ਾਇਦ ਮਿਲ ਕੇ ਕੋਈ ਇਹ ਘੁੰਮਦੇ ਫਿਰਦੇ ਰਹੇ, ਅੱਜ ਫਿਰ ਦੁਬਾਰਾ ਇਹ ਇਕੱਠੇ ਹੋਏ ਆ ਅਤੇ ਉਹਨੂੰ ਫੋਨ ਕਰਕੇ ਬੁਲਾਇਆ ਉਹਨੂੰ, ਅਤੇ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਉਹ ਗਾਂਜੇ ਦੀ ਇੱਕ ਪੁੜੀ ਪੀਤੀ ਆ ਅਤੇ ਉਸ ਤੋਂ ਬਾਅਦ ਇੱਕ ਪੁੜੀ ਹੋਰ ਇਹਨੂੰ ਜਿਹੜੀ ਦੇ ਦਿੱਤੀ ਆ ਅਤੇ ਇੱਕ ਪੁੜੀ ਉਹਦੇ ਕੋਲ ਆਪਣੇ ਕੋਲ ਸੀਗੀ। ਜਿੱਦਾਂ ਤੁਸੀਂ ਦੱਸਿਆ ਸਰਬਜੀਤ ਸਿੰਘ ਪੰਜਾਬ ਪੁਲਿਸ ਦਾ PAP ਦਾ ਮੁਲਾਜ਼ਮ ਹੈਗਾ, ਜਿਹੜਾ ਹੈਗਾ ਸਾਹਿਲ ਇੰਡੀਅਨ ਆਰਮੀ ਦਾ ਸਟੂਡੈਂਟ ਹੈਗਾ, ਇਹ ਦੋਨੋਂ ਲੁੱਟਖੋਹ ਵੀ ਕਰਦੇ ਆ? ਇਹ ਜਦੋਂ ਆਏ ਨਾ ਬਾਹਰਲੇ ਪਾਸੇ ਆਏ ਤਾਂ ਇਹਨਾਂ ਨੇ ਇਹ ਜਿਹੜਾ ਮੁੰਡਾ ਕੋਹਿਨੂਰ ਚੌਹਾਨ ਹੈ ਨਾ, ਇਹਦਾ ਇੱਕ ਨੇ ਪਰਸ ਖੋਇਆ ਸਾਹਿਲ ਨੇ, ਔਰ ਜਿਹੜਾ ਸਰਬਜੀਤ ਇਹਨੇ ਮੋਬਾਈਲ ਖੋਲਿਆ ਇਹਨਾਂ ਦਾ ਮੋਬਾਈਲ ਖੋਲ੍ਹ ਕੇ, ਪਰ ਪਬਲਿਕ ਨੇ ਇਹ 3-wheeler 'ਚ ਬੈਠ ਕੇ ਜਾਣ ਲੱਗੇ ਸੀ, ਜਿਹੜੇ ਪਬਲਿਕ ਨੇ ਇਹਨਾਂ ਨੂੰ ਆਪਣੇ ਫੜ ਕੇ ਅਤੇ ਸਾਨੂੰ ਸੂਚਿਤ ਕਰਤਾ ਸੀ, ਜਿਹਨਾਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਆਏ ਇੱਥੇ। ਇਹ ਵੀ ਪਤਾ ਲੱਗਾ ਸਰਬਜੀਤ ਦੇ ਉੱਤੇ ਪਹਿਲਾਂ ਵੀ ਕੋਈ ਡਿਪਾਰਟਮੈਂਟ ਇਨਕੁਆਇਰੀ ਚੱਲ ਰਹੀ ਹੈ? ਨਹੀਂ, ਇਸ ਤਰ੍ਹਾਂ ਦੀ ਕੋਈ ਨਹੀਂ, ਉਹ ਇਨਕੁਆਇਰੀ ਨਹੀਂ ਕੋਈ ਵੀ ਚੱਲ ਰਹੀ ਇਸ ਤਰ੍ਹਾਂ। ਹਾਂ, ਹੁਣ ਇਹਨਾਂ ਦੇ ਉੱਤੇ ਕਿਸ ਚੀਜ਼ ਦੀ FIR ਲਾਂਚ ਕੀਤੀ ਗਈ? ਹੁਣ ਅਸੀਂ 2765 ਦਾ ਨਸ਼ੇ ਦਾ ਪਰਚਾ ਦਿੱਤਾ ਔਰ 3782 ਅਤੇ 34 IPC ਚੋਰੀ ਦਾ ਪਰਚਾ ਦਿੱਤਾ ਜੀ। ਹੁਣ ਦੋਨਾਂ ਕੋਲ ਕੀ ਬਰਾਮਦੀ ਹੋ ਗਈ? ਦੋਨਾਂ ਕੋਲੋਂ ਇੱਕ ਇੱਕ ਪੁੜੀ ਗਾਂਜੇ ਦੀ ਮਿਲੀ ਆ ਔਰ ਮੋਬਾਈਲ ਤਾਂ ਉਹ ਮੁੰਡੇ ਦਾ ਪਰਸ ਵਿੱਚ 200 ਰੁਪਇਆ ਸੀ ਜਿਹੜਾ ਅਸੀਂ ਬਰਾਮਦ ਕਰ ਲਿਆ ਜੀ। ਕਿਉਂਕਿ ਜਿੱਦਾਂ ਤੁਸੀਂ ਦੱਸਿਆ ਸਰਬਜੀਤ ਪੰਜਾਬ ਪੁਲਿਸ ਦਾ PAP ਦਾ ਮੁਲਾਜ਼ਮ ਹੈ, ਸਰ ਖਾਕੀ ਨੂੰ ਦਾਗ ਦਾਗ ਕਰਨਾ ਬਹੁਤ ਅਹਿਮੀਅਤ ਰੱਖਦੀ ਖਾਕੀ ਨੂੰ, ਤੁਸੀਂ ਵੀ ਦੇਖ ਲਓ ਕੋਈ ਮੁਲਾਜ਼ਮ ਆਪਣੀ ਜਾਨ ਨੂੰ ਜੋਖਿਮ 'ਚ ਡਾ ਕੇ ਲੋਕਾਂ ਦੀ ਸੇਵਾ ਕਰੇ, ਮਗਰ ਇੱਦਾਂ ਦੇ ਮੁਲਾਜ਼ਮ ਖਾਕੀ ਨੂੰ ਦਾਗ ਦਾਗ ਕਰਨ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ? ਇਹ ਤਾਂ ਥੋੜ੍ਹਾ ਇਹਨਾਂ ਨੂੰ ਵਰਦੀ ਪਾ ਕੇ ਥੋੜ੍ਹਾ ਸੋਚਣਾ ਚਾਹੀਦਾ ਵੀ ਅਸੀਂ ਇੱਕ ਪਬਲਿਕ ਦੇ ਨੌਕਰ ਹਾਂ, ਵੀ ਉਹਨੂੰ ਅਸੀਂ ਇਹ ਡਿਊਟੀ ਵਾਸਤੇ ਕਰਨੇ ਆ, ਪਰ ਇਹ ਚੀਜ਼ ਨਹੀਂ ਚਾਹੀਦੀ, ਇਹ ਇਹਨਾਂ ਦੀ ਸਮਝ ਤੋਂ ਬਾਹਰ ਹੋ ਚੁੱਕਾ, ਜਿਹੜੇ ਨਸ਼ੇ ਪੱਤੇ ਆ ਨਾ ਇਹਨਾਂ ਦੀ ਬਾਹਰ ਹੋ ਚੁੱਕਾ ਇਹਨਾਂ। ਜਿੱਦਾਂ ਤੁਸੀਂ ਇਹਦਾ ਮੈਡੀਕਲ ਵੀ ਕਰਵਾਤਾ, ਸਰਬਜੀਤ ਨਾਲ ਵੀ ਗੱਲ ਹੋਈ, ਸਾਹਿਲ ਨਾਲ ਵੀ ਗੱਲ ਹੋਈ, ਸਰਬਜੀਤ ਨੇ ਦੱਸਿਆ ਜਾਂ ਸਾਹਿਲ ਨੇ ਦੱਸਿਆ ਕਿੰਨੀ ਦੇਰ ਤੋਂ ਇਹ ਨਸ਼ਾ ਕਰ ਰਹੇ ਆ? ਇਹ ਜਿਹੜਾ ਸਾਹਿਲ ਹੈ ਇਹ ਤਾਂ ਕਹਿੰਦਾ ਮੈਂ ਸਟੂਡੈਂਟ ਹੋਣ ਦੇ ਕਰਕੇ ਮੈਂ, ਪਰ ਇਹ ਹੈ ਪਹਿਲਾਂ ਤੋਂ ਆਉਂਦੇ, ਅਤੇ ਦੂਸਰਾ ਜਿਹੜਾ ਸਰਬਜੀਤ ਹੈ ਉਹ ਵੀ 2-3 ਮਹੀਨੇ ਤੋਂ ਕਹਿੰਦਾ ਮੈਂ ਇਹ ਨਸ਼ੇ ਦਾ ਆਦੀ ਹੋਇਆ ਜੀ। ਇਹ ਦੋਨੋਂ ਵੇਚਦੇ ਵੀ ਆ ਕਿਤੇ? ਨਹੀਂ, ਜਿਹੜਾ ਸਾਹਿਲ ਹੈ ਉਹ ਲਿਆ ਕੇ ਇਸ ਤਰ੍ਹਾਂ ਜਿੱਦਾਂ ਇਹਨੂੰ ਸਰਬਜੀਤ ਮਿਲ ਗਿਆ ਗਾਂ ਇਹਨੂੰ ਦੇ ਦਿੱਤਾ, ਇਸ ਤਰ੍ਹਾਂ ਕੋਈ ਅੱਗੇ ਇਹਨੇ ਲਿਆਂਦਾ ਹੋਵੇ ਲਿਆ ਕੇ ਅੱਗੇ ਕਰਦਾ, ਇਹ ਪਹਿਲਾਂ ਸਾਨੂੰ ਹੁਣੇ ਕੇਸ ਮਿਲਿਆ ਹੈ। ਸਾਹਿਲ ਕਿੰਨੇ ਦੀ ਉੱਥੋਂ ਲੈ ਕੇ ਆਇਆ ਸੀ, ਸਰਬਜੀਤ ਨੂੰ ਕਿੰਨੇ ਦੀ ਦਿੱਤੀ ਸੀ? ਇਹਦੇ ਬਾਰੇ ਉਹ ਕੇਰਲ ਦਾ ਥੋੜ੍ਹਾ ਰਹਿਣ ਵਾਲਾ, ਕੁਛ ਤਾਂ ਸਾਡੀ ਬੋਲੀ ਜੋ
ਕਹਿੰਦਾ ਮੈਂ ਤਾਂ ਵੈਸੇ ਲੈ ਕੇ ਆਇਆ ਇਸ ਤਰ੍ਹਾਂ ਉੱਥੋਂ ਕੋਈ ਮੁੱਲ ਨਹੀਂ ਖਰੀਦੀ ਅਤੇ ਉਸ ਤਰ੍ਹਾਂ ਮੈਂ ਕਹਿੰਦਾ 5 ਪੁੜੀਆਂ ਲੈ ਕੇ ਆਇਆ ਸੀ। ਇਹ ਸੀ ਅਜਾਇਬ ਸਿੰਘ ਥਾਣਾ ਕੈਂਟ ਦੇ ਪ੍ਰਭਾਰੀ ਜਿਨ੍ਹਾਂ ਨੇ ਦੱਸਿਆ ਦੋਨੋਂ ਵਿਅਕਤੀਆਂ ਦੇ ਉੱਤੇ ਮਾਮਲਾ ਤਾਂ ਦਰਜ ਕਰ ਲਿਆ ਔਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਮਰਾਮੈਨ ਪ੍ਰਭਜੋਤ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-648, 84374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788 0458 85 588 38 617। ਸਭ ਦੇ ਦਿਲ ਨੂੰ ਠੱਗਦਾ ਏ, ਸਭ ਦੇ ਦਿਲ ਨੂੰ ਠੱਗਦਾ।